आदाब नमस्कार सत श्री अकाल ग्लोबल पंजाब टीवी वेख रहे सारे दर्शकों का मैं सलोनी सरीन गल्ला विद गुलाबो दे विच स्वागत करती हाँ जी। हर वार दी तरह नवा टॉपिक नवे डिस्कशंस ते अज तुसी मैनू सचो सच दसना भी तुसी झूठ किन्ना क बोलदे हो। कह दो झूठ तो तुसी बोलदे नहीं, आहो सारा झूठ तो गुलाबो बोल जांदी आ। अच्छा जी सचो सच दसो, कॉल करो जी 3472521232 ते दसो भी झूठ क्यों बोलना पैंदा ते कदों कदों बोल दो। वैसे ये ना कहियो भी मैं तो कभी बोलिया नहीं, क्योंकि झूठ ना बंदा सवेर तो लैके शाम तक रात तक एक ना एक बार बोल ही देंदा। तुसी सौण तो पहला नोटिस करियो, कभी भी सोचियो भी अज किन्ना क झूठ बोलिया तो लिस्ट बहुत लंबी चल जानी जे। पर इदां दी गल नहीं है कि साड़ी लाइफ इदां दी है। देख लो कहिंदे ने ना एक झूठ नूं लुकाउण लई ना 100 झूठ बोलने पैंदे आ, पर की करिए वो एक झूठ इन्ना क जरूरी हुंदा तां बोलना ही पैंदा आ। नाले कहिंदे जे किसी दे भले वास्ते झूठ बोलिया होए ना वो झूठ नहीं हुंदा, है ना। इदां भी हुंदा आ क्योंकि हुण देख लो, हुण तुसीं मैनूं पुछना आ भी इह सूट तों कित्थों लिता आ ते मैनू हार के बोलना ही पैना भी इस ना मैं फलानी थां तो लिता आ, बहुत सोहना ना फलानी थां तो लिता आ, पर मैनू तो पता ना भी मैं किदा मंग के लिया आ। हुण देख लो इन्ना क झूठ तो जायज़ है ना। हुण कल वेख लो मेरे घर ना मेरी भैन छोटी हैगी आ, उहदे कोलों चाह डुल गई। मम्मी पापा कहिंदे किन्ने डोली आ, मैं कहा जे उहने डोली होई ना उहनूं कहता ते उहनूं झिड़का पै जानी आ, ते मैं अपने उत्ते ना लै लिया। मैं कहा जी मैं डोली आ, ਇਹ ਝੂਠ ਤਾਂ ਨਹੀਂ ਹੋਇਆ ਨਾ, ਇਹ ਤਾਂ ਕਿਸੇ ਨੂੰ ਬਚਾਉਣ ਵਾਸਤੇ ਝੂਠ ਬੋਲਿਆ ਗਿਆ। ਪਰ ਵੇਖ ਲਓ ਮੈਂ ਵੇਖਿਆ ਕਈ ਤਾਂ ਸਿਰਾ ਹੀ ਲਾ ਦਿੰਦੇ ਨੇ ਝੂਠ ਬੋਲਣ ਦੇ ਵਿੱਚ, ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੰਨੇ ਕੁ ਝੂਠ ਬੋਲ ਜਾਂਦੇ ਆ ਬੰਦਾ ਹਾਰ ਕੇ ਸੋਚਦਾ ਯਾਰ ਜ਼ਿਆਦਾ ਹੀ ਹੋ ਗਿਆ ਕੰਮ ਖਰਾਬ, ਹੈ ਕਿ ਨਹੀਂ। ਅੱਛਾ ਵੇਖੋ ਵਪਾਰੀ ਹੋਏ, ਭਾਵੇਂ ਨੌਕਰੀ ਕਰਦਾ ਹੋਏ, ਭਾਵੇਂ ਕੋਈ ਸਰਕਾਰੀ ਦਫ਼ਤਰ 'ਚ ਲੱਗਾ ਹੋਏ, ਭਾਵੇਂ ਕੋਈ ਛੋਟਾ ਬੱਚਾ ਹੋਏ, ਉਹ ਝੂਠ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਨੇ ਬੋਲੀ ਹੋਈ ਜਾਣਾ। ਹੁਣ ਛੋਟੇ ਬੱਚੇ ਨੂੰ ਤੁਸੀਂ ਪੁੱਛ ਲਓਗੇ ਨਾ ਟਿਫਨ ਖਾਧਾ ਸੀਗਾ, ਉਹਨੇ ਕਹਿਣਾ ਜੀ ਖਾ ਲਿਆ ਬਹੁਤ ਸਵਾਦ ਸੀ। ਪਰ ਵੇਖ ਲਓ ਉਹਨੂੰ ਪਤਾ ਵੀ ਉਹਨੇ ਟਿਫਨ ਕਿਸੇ ਨੂੰ ਖਵਾਇਆ ਸੀ ਕਿ ਉਹ ਬਾਹਰ ਸੁੱਟ ਕੇ ਆਇਆ ਸੀਗਾ ਰੋਟੀ, ਹੈ ਕਿ ਨਹੀਂ। ਵਪਾਰੀ ਹੈ ਉਹਨੇ ਕਹੀ ਜਾਣਾ ਮਹਾਰਾਜ ਇਹ ਚੀਜ਼ ਤਾਂ ਮੈਨੂੰ ਇੰਨੇ ਦੀ ਪੈਂਦੀ ਹੈ, ਇੰਨੇ 'ਚ ਤਾਂ ਵਾਰਾ ਖਾਣੀ ਹੋਈ ਨਹੀਂ, ਪਰ ਉਹਨੂੰ ਪਤਾ ਹੁੰਦਾ ਵੀ ਕਿੰਨੇ ਦੀ ਆ, ਹੈ ਕਿ ਨਹੀਂ। ਅੱਛਾ ਆਪਣੇ ਕਾਲਰਸ ਨੂੰ ਪੁੱਛਦੇ ਹਾਂ, ਹੈਲੋ ਕਾਲਰਸ ਕੀ ਕਹਿਣਾ ਚਾਹੁੰਦੇ ਨੇ ਵੀ ਝੂਠ ਤੁਸੀਂ। ਅੱਛਾ ਕਿਸੇ ਨੇ ਝੂਠ ਦਾ ਖੁਲਾਸਾ ਕਰਨਾ ਹੋਏ ਵੀ ਮੈਂ ਇਦੋਂ ਇਹ ਵਾਲਾ ਝੂਠ ਬੋਲਿਆ ਸੀ, ਉਹ ਵੀ ਮੈਨੂੰ ਦੱਸ ਸਕਦਾ ਬਿਨਾਂ ਨਾ ਦੱਸੇ ਆਪਣਾ, ਹੈਲੋ। ਹਾਂਜੀ ਬੇਟੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਗੇਲਾਂ ਟੀ। ਕਿੱਥੋਂ ਬੋਲਦੇ? ਮੈਰੀਲੈਂਡ ਤੋਂ। ਓਕੇ ਜੀ, ਪਹਿਲਾਂ ਮੈਂ ਦੱਸਣਾ ਕਿੱਦਾਂ ਦੀ ਲੱਗ ਰਹੀ ਆ। ਮੈਂ ਕਹਿੰਨੀ ਆ ਝੂਠ ਬੋਲਣਾ ਕੋਈ ਚੰਗੀ ਗੱਲ ਨਹੀਂ, ਕਈ ਵਾਰੀ ਝੂਠ ਬੋਲ ਕੇ ਵੀ ਕੋਈ ਨੁਕਸਾਨ ਕਰ ਲਈਦੇ ਨੇ। ਪਰ ਕਿਸੇ ਦਾ ਦੁੱਖ ਕੱਟਿਆ ਜਾਵੇ, ਕਿਸੇ ਦਾ ਭਲਾ ਹੋ ਜਾਵੇ, ਕਿਸੇ ਦਾ ਕੋਈ ਕੰਮ ਬਣ ਜਾਵੇ ਚੰਗਾ, ਉਹਦੇ ਝੂਠ ਬੋਲਣਾ ਵੀ ਬੜੀ ਚੰਗੀ ਗੱਲ ਹੈ, ਹੈ ਨਾ। ਫਾਂਸੀ ਹੋ ਗਈ ਸੀ, 10 ਬੰਦਿਆਂ ਜਾ ਕੇ ਝੂਠ ਬੋਲ ਕੇ ਤੈਨੂੰ ਛੁਡਾ ਲਿਆ, ਤੂੰ ਭਲਾ ਹੋ ਗਿਆ, ਕੋਈ ਝੂਠ ਤਾਂ ਨੀ ਨਾ? ਬਿਲਕੁਲ ਬਿਲਕੁਲ ਬਿਲਕੁਲ, ਹੈ ਨਾ। ਇਸ ਤਰ੍ਹਾਂ ਝੂਠ ਬੋਲਣਾ ਤਾਂ ਮਾੜੀ ਗੱਲ ਹੈ, ਪਰ ਜਿੱਥੇ ਭਲਾ ਹੋ ਸਕਦਾ, ਕਿਸੇ ਦਾ ਕੋਈ ਸੰਕਟ ਦੂਰ ਹੋ ਸਕਦਾ, ਕਿਸੇ ਦਾ ਕੋਈ ਚੰਗਾ ਕੰਮ ਬਣੇ, ਉੱਥੇ ਬੇਸ਼ੱਕ ਝੂਠ ਬੋਲੋ। ਲੇਕਿਨ ਝੂਠ ਜਿਹੜਾ ਨਾ ਉਹ ਬੋਲ ਕੇ ਕਿਸੇ ਦਾ ਭਲਾ ਕਰਾ ਲਵੇ, ਤੁਹਾਨੂੰ ਕੋਈ ਜੁਰਮ ਨਹੀਂ ਝੂਠ ਬੋਲੋ, ਉਹ ਰੱਬ ਵੀ ਮਾਫ ਕਰ ਦਿੰਦਾ। ਰੱਬ ਵੀ ਮੰਨ ਲੈ, ਉਹ ਤਾਂ ਆਪਾਂ ਰੱਬ ਦੇ ਘਰ ਤੋਂ ਮਾਫੀ ਹੋ ਗਈ, ਆਪਾਂ ਕਿਸੇ ਦਾ ਭਲਾ ਕਰ ਦਿੱਤਾ। ਬਿਲਕੁਲ, ਝੂਠ ਆਪਾਂ ਬੋਲੇ ਅਗਲੇ ਦਾ ਭਲਾ ਹੋ ਗਿਆ ਤੇ ਭਲਾ ਸਾਡਾ ਵੀ ਹੋ ਗਿਆ। ਬਿਲਕੁਲ ਬਿਲਕੁਲ ਬਿਲਕੁਲ, ਹੈਨਾ। ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਲੱਗਾ ਤੁਸੀਂ ਜਿਹੜਾ ਇਹ ਸਾਨੂੰ ਬਹੁਤ ਹੀ ਆਸਾਨ ਸ਼ਬਦਾਂ ਦੇ ਵਿੱਚ ਜਿਹੜੀ ਗੱਲ ਸਮਝਾਈ ਹੈ ਨਾ, ਬਹੁਤ ਵਧੀਆ ਲੱਗੀ। ਥੈਂਕ ਯੂ ਸੋ ਮਚ। ਓਕੇ ਜੀ, ਹੈਲੋ ਹੈਲੋ, ਅਗਲੇ ਕਾਲਰ ਨੂੰ ਪੁੱਛਦੇ ਆ ਵੀ ਉਹ ਕੀ ਕਹਿਣਾ ਚਾਹੁੰਦੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਹੈਲੋ, ਹਾਂਜੀ ਸਰ, ਕੌਣ ਬੋਲਦੇ? ਹਾਂਜੀ, ਦੇਖ ਲੋ ਕੌਣ ਬੋਲਦੇ ਆ। ਸਭ ਪਤਾ ਮੈਨੂੰ, ਤੁਸੀਂ ਨਾ ਵੀ ਬੋਲਣ ਵੇਲੇ ਹੁਣ ਝੂਠ ਬੋਲ ਜਾਣਾ ਆ। ਤੁਸੀਂ ਪਹਿਲਾਂ ਮੈਨੂੰ ਦੱਸੋ ਇੰਨੇ ਦਿਨਾਂ ਬਾਅਦ ਫੋਨ ਕਿਉਂ ਲਾਇਆ? ਇੰਨੇ ਦਿਨਾਂ ਬਾਅਦ ਫੋਨ ਲਾਇਆ, ਮੈਂ ਤਾਂ ਸਪੈਸ਼ਲ ਲਾਇਆ, ਤੁਸੀਂ ਵਾਇਸ ਆਫ ਪੰਜਾਬ 'ਚ ਨਾ ਨਰਸ ਦਾ ਰੋਲ ਬਹੁਤ ਸ਼ਾਨਦਾਰ ਕਰ ਰਹੇ ਜੀ। ਥੈਂਕ ਯੂ ਸੋ ਮਚ ਜੀ, ਤੁਸੀਂ ਇੰਨਾ ਪਿਆਰ ਦਿੰਦੇ ਸਾਡੇ ਸ਼ੋਜ਼ ਨੂੰ, ਤੁਹਾਡੇ ਵਾਸਤੇ ਸ਼ੋਜ਼ ਬਣਾਈ ਦੇ ਨੇ।
ਮੈਂ ਕਿਹਾ ਇਹਨਾਂ ਨੂੰ ਪੁੱਛਾਂ ਵੀ ਉਹ ਨਰਸ ਦਾ ਤੁਹਾਡਾ ਰੋਲ ਬਹੁਤ ਸ਼ਾਨਦਾਰ ਸੀ ਤੇ ਮੈਂ ਫੌਜੀ ਵੀ ਤਾਂ ਬਣੀ ਸੀ ਇੱਥੇ ਫੌਜੀ ਬਣੀ ਸੀ ਤੁਸੀਂ ਉਦੋਂ ਵੀ ਨਹੀਂ ਫੋਨ ਲਾਇਆ ਉਹ ਮੈਂ ਤਾਂ ਨਹੀਂ ਲਾਇਆ ਵੀ ਉਹ ਮੈਂ ਕਿਤੇ ਗਿਆ ਸੀ ਤੇ ਮੈਂ ਬਿਜੀ ਸੀ ਥੋੜਾ ਤੁਸੀਂ ਲੇਟ ਹੋ ਗਿਆ ਸੀ ਅੱਛਾ ਤੁਸੀਂ ਵੀ ਬਿਜੀ ਹੋ ਅਸੀਂ ਤਾਂ ਵਿਹਲੇ ਆ ਨਹੀਂ ਨਹੀਂ ਤੁਹਾਡਾ ਪਰ ਕੰਮ ਹੀ ਇਹ ਨਾ ਕੋਈ ਆਪਣੀ ਡਿਊਟੀ ਤੇ ਹਾਜ਼ਰ ਛੇਤੀ ਹੋ ਜਾਂਦੇ ਅਸੀਂ ਕਈ ਵਾਰੀ ਅੱਗੇ ਪਿੱਛੇ ਹੁੰਦੇ ਆ ਕਦੀ ਦੂਰ ਚਲੇ ਗਏ ਕਦੀ ਨੇੜੇ ਆ ਗਏ ਇਹ ਤਾਂ ਹੈ ਪਰ ਸ਼ੋਅ ਤਾਂ ਤੁਸੀਂ ਵੇਖਦੇ ਹੋ ਰੋਜ਼ ਨਹੀਂ ਅੱਜ ਹੁਣ ਮੈਂ ਉਹ ਵੀ ਕੁਦਰਤੀ ਲਾਇਆ ਲਗਾਈ ਸੌਣ ਤੇ ਫਿਰ ਤੁਹਾਡਾ ਦੇਖਿਆ ਮੈਂ 9:30 ਹੁੰਦਾ ਸ਼ੋਅ ਇਹਨਾਂ ਦਾ ਹਾਂਜੀ ਦੇਖਦਾ ਅੱਜ ਹਾਂਜੀ ਮਾੜਾ ਜਿਹਾ ਅੱਧਾ ਘੰਟਾ ਲੇਟ ਸੌ ਜਾ ਕਰੋ ਗੱਲਾਂ ਵਿਦ ਗੁਲਾਬੋ ਵੇਖ ਕੇ ਸੋਣਾ ਤੁਸੀਂ ਅੱਛਾ ਅੱਧਾ ਘੰਟਾ ਲੇਟ ਸੌ ਜਾ ਕਰਾਂਗੇ ਕੋਈ ਗੱਲ ਨਹੀਂ ਹੋਰ ਕੀ ਠੀਕ ਹੈ ਹੁਣ ਅਸੀਂ ਰੋਜ਼ ਵੇਟ ਕਰਨੀ ਜਦੋਂ ਤੁਹਾਡੀ ਫੋਨ ਨਹੀਂ ਨਾ ਆਇਆ ਤੁਹਾਡਾ ਆਪਾਂ ਤੁਹਾਨੂੰ ਆਪੇ ਫੋਨ ਲਾ ਲਿਆ ਕਰਨਾ ਅੱਛਾ ਜਾ ਇਹ ਟੌਪਿਕ ਕੀ ਅੱਜ ਦਾ ਅੱਜ ਦਾ ਟੌਪਿਕ ਤੁਸੀਂ ਰਹਿਣ ਦਿਓ ਤੁਸੀਂ ਕਿਹੜਾ ਸੱਚ ਬੋਲਣ ਆਇਆ ਲੈ 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 ਬੜੇ ਚਾਲੂ ਹੋਏ ਮੇਰੇ ਤੋਂ ਯਾਰ ਚੰਗੀ ਗੱਲ ਹੈ ਠੀਕ ਹੈ ਜੀ ਅੱਜ ਦਾ ਟੌਪਿਕ ਮੈਂ ਅਗਲੇ ਕਾਲਰ ਤੋਂ ਪੁੱਛ ਲੈਣੀ ਤੁਸੀਂ ਬਸ ਸਾਨੂੰ ਫੋਨ ਲਾ ਲਿਆ ਕਰੋ ਕਿ ਦੱਸਦਾ ਅੱਛਾ ਦੱਸਦਾ ਅੱਜ ਦਾ ਟੌਪਿਕ ਇਹ ਆ ਵੀ ਜਿਹੜਾ ਆਪਾਂ ਝੂਠ ਬੋਲਦੇ ਆ ਤੁਸੀਂ ਤਾਂ ਚਲੋ ਬੋਲਦੇ ਹੀ ਨਹੀਂ ਹੋਣੇ ਨਹੀਂ ਬੋਲਣਾ ਪੈਂਦਾ ਥੋੜਾ ਜਿਹਾ ਜ਼ਰੂਰ ਇਹ ਗੱਲ ਨਹੀਂ ਹੈ ਝੂਠ ਬੋਲਣ ਤੋਂ ਬਿਨਾ ਗੱਡੀ ਨਹੀਂ ਚੱਲਦੀ ਨਹੀਂ ਚੱਲਦੀ ਜ਼ਰੂਰ ਬੋਲਣਾ ਪੈਂਦਾ ਹੈ ਠੀਕ ਹੈ ਨਾ ਜੇ ਪੂਰਾ ਸੱਚ ਹੀ ਬੋਲੀ ਉਹ ਕਹਿਣਗੇ ਯਾਰ ਕਿੱਡਾ ਮੂਰਖ ਆਦਮੀ ਯਾਰ ਐਵੇਂ ਗੱਲਾਂ ਕਰੀ ਜਾਂਦਾ ਖਰੇ ਐਵੇਂ ਸੱਚੇ ਦੀ ਮੰਨਦਾ ਵੀ ਨਹੀਂ ਅੱਜ ਕੱਲ ਕੋਈ ਪਰ ਥੋੜਾ ਜਿਹਾ ਵਿੱਚ ਜਿਵੇਂ ਕੁਛ ਸਬਜ਼ੀ ਬਣਾਉਣੀ ਨਮਕ ਪਾਉਣਾ ਪੈਂਦਾ ਨਾ ਇਹਨੇ ਥੋੜਾ ਝੂਠ ਵੀ ਜ਼ਰੂਰੀ ਪਾਉਣਾ ਪੈਂਦਾ ਤਾਂ ਹੀ ਕੰਮ ਚੱਲਦਾ ਗੱਡੀ ਤਾਂ ਚੱਲਦੀ ਹੈ ਲੱਗ ਗਿਆ ਪਤਾ ਤੁਹਾਡਾ ਅੱਜ ਤੁਸੀਂ ਮੈਂ ਸੋਚਦੀ ਤੁਸੀਂ ਸੱਚੇ ਬੰਦੇ ਹੋ ਮੈਂ ਨਹੀਂ ਝੂਠੇ ਬੰਦੇ ਨਾਲ ਗੱਲ ਕਰਦੀ ਹੈ ਅੱਛਾ ਸੱਚ ਬੋਲ ਰਹੇ ਹੋ ਨਾ ਝੂਠ ਤਾਂ ਨਹੀਂ ਬੋਲ ਰਹੇ ਨਹੀਂ ਨਹੀਂ ਫਿਰ ਤੁਹਾਡੇ ਵਾਲਾਂ ਵਾਲੀ ਗੱਲ ਨਹੀਂ ਸਮਝ ਆਉਂਦੀ ਅੱਧੇ ਛੋਟੇ ਛੋਟੇ ਆ ਤੇ ਅੱਧੇ ਏਡੇ ਗਿੱਠ ਗਿੱਠ ਲੰਮੇ ਆ ਤੇ ਇਹਨਾਂ ਚ ਸੱਚੇ ਕਿਹੜੇ ਆ ਤੇ ਝੂਠੇ ਕਿਹੜੇ ਆ ਸਾਰੇ ਸੱਚੇ ਨੇ ਮੈਂ ਸਟਾਈਲ ਬਣਾਇਆ ਹੋਇਆ ਆ ਨਹੀਂ ਨਹੀਂ ਸਾਰੇ ਤਾਂ ਨਹੀਂ ਸੱਚੀ ਅੱਧੇ ਤਾਂ ਸੱਚੀ 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 ਸੌ ਲੱਗੇ ਸੱਚ ਬੋਲ ਰਹੀ ਹਾਂ ਮੈਂ ਮੇਰੇ ਆਪਣੇ ਬਾਲ ਨੇ ਪੁੱਟ ਕੇ ਨਾ ਵੇਖ ਲਈਏ ਹੁਣ ਹੈ ਨਾ ਨਹੀਂ ਹਾਂਜੀ ਅੱਛਾ ਮਤਲਬ ਤੁਸੀਂ ਕਹਿੰਦੇ ਹੋ ਵੀ ਗੁਲਾਬੋ ਹੀ ਸਾਰੇ ਝੂਠ ਬੋਲ ਜਾਂਦੀ ਆ ਬਾਕੀ ਤਾਂ ਸਾਰੇ ਸੱਚੇ ਨੇ ਇੱਥੇ ਨਹੀਂ ਨਹੀਂ ਫੇਰ ਤਾਂ ਸਾਰੇ ਹੀ ਕਦੇ ਜ਼ਿੰਦਗੀ 'ਚ ਥੋੜਾ ਘਣਾ ਬੋਲ ਹੀ ਲੈਂਦੇ ਆ ਅਸੀਂ ਤਾਂ ਕੋਈ ਗੱਲ ਨਹੀਂ ਕੋਈ ਇੰਨਾ ਕੁ ਕੋਈ ਇੰਨਾ ਕੁ ਕੋਈ ਇੰਨਾ ਕੁ ਕੋਈ ਇੰਨਾ ਕੁ ਹਾਂਜੀ ਐਂ ਤਾਂ ਬੋਲ ਹੀ ਦਿੰਦੇ ਆ ਸਾਰੇ ਪਰ ਵੈਸੇ ਹੈ ਚੰਗਾ ਹੈ ਨਹੀਂ ਪਰ ਉਹ ਸਾਰੇ ਬੋਲ ਹੀ ਲੈਂਦੇ ਆ ਝੂਠ ਬੋਲਣਾ ਪੈਂਦਾ ਕਿਤੇ ਕਿਤੇ ਤਾਂ ਬੋਲਣਾ ਪੈਂਦਾ ਹੀ ਆ ਹਾਂਜੀ ਪਰ ਇਹ ਚੰਗੀ ਗੱਲ ਤਾਂ ਹੈ ਨਹੀਂ ਤੇ ਉਹ ਬੋਲਣਾ ਨਹੀਂ ਚਾਹੀਦਾ ਝੂਠ ਦੀ ਵੀ ਕੈਟਾਗਰੀ ਹੁੰਦੀ ਹੈ ਨਾ ਵੀ ਆਹ ਵਾਲਾ ਝੂਠ ਚਲੋ ਜੀ ਮਾਫ ਆ ਜੀ ਆਹ ਵਾਲਾ ਝੂਠ ਨਹੀਂ ਮਾਫ ਹਾਂਜੀ ਕਈ ਵਾਰ ਐਵੇਂ ਕਿਸੇ ਦਾ ਫੋਨ ਐਵੇਂ ਹੀ ਬਹਾਨਾ ਲਾ ਕੇ ਕੱਟਣਾ ਪੈਂਦਾ ਮੈਂ ਬਿਜ਼ੀ ਆ ਜੇ ਆ ਬੋ ਆ ਨਿੱਕੇ ਮੋਟੇ ਇਹੋ ਜਿਹੇ ਝੂਠ ਬੋਲਣੇ ਹੀ ਪੈਂਦੇ ਠੀਕ ਹੈ ਹੁਣ ਜਿਹਦੇ ਨਾਲ ਤੁਸੀਂ ਝੂਠ ਬੋਲਿਆ ਹੋਣਾ ਨਾ ਉਹਨੂੰ ਪਤਾ ਲੱਗ ਗਿਆ ਹੋਣਾ ਹਾਂਜੀ ਠੀਕ ਹੈ ਜੀ ਇਹ ਤੁਹਾਡੀ ਗੱਲ ਮੰਨ ਲਈ ਵੀ ਝੂਠ ਕਿਤੇ ਨਾ ਕਿਤੇ ਬੋਲਣਾ ਪੈਂਦਾ ਪਰ ਬੋਲਣਾ ਨਹੀਂ ਚਾਹੀਦਾ ਹਨਾ ਠੀਕ ਹੈ ਜੀ ਥੈਂਕ ਯੂ ਸੋ ਮਚ ਅਗਲੇ ਕਾਲਰ ਨੂੰ ਪੁੱਛਦੇ ਆ ਵੀ ਉਹ ਝੂਠ ਕਿੰਨਾ ਕੁ ਬੋਲਦੇ ਨੇ ਨਾਲੇ ਕਦੋਂ ਕਦੋਂ ਬੋਲਦੇ ਨੇ ਹੈਲੋ ਸਤਿ ਸ਼੍ਰੀ ਅਕਾਲ ਹੈਲੋ ਹਾਂਜੀ ਟੀਵੀ ਦੀ ਆਵਾਜ਼ ਘੱਟ ਕਰੋ ਟੀਵੀ ਦੀ ਆਵਾਜ਼ ਤੇ ਘੱਟ ਕਰਤੀ ਮੈਡਮ ਅੱਛਾ ਜੀ ਕਿੱਥੋਂ ਬੋਲਦੇ ਗੁਲਾਬੋ ਕੀ ਹਾਲ ਨੇ ਜੀ ਮੈਂ ਵਧੀਆ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ ਸਾਡੇ ਹਾਲ ਠੀਕ ਨੇ ਜੀ ਠੀਕ ਨੇ ਸਾਡੇ ਮਾੜੇ ਹਾਲ ਨੇ ਕਿਉਂ ਭਾਈ ਕਿਉਂ ਕੀ ਇੱਥੇ ਆ ਕੇ ਫਸ ਗਏ ਨਾ ਇੰਡੀਆ ਤੋਂ ਓ ਤੇ ਕਿੰਨੇ ਕਿਹਾ ਸੀ ਵੀਜ਼ਾ ਲਵਾਓ ਬਾਹਰ ਦਾ ਤਾਂ ਤਾਂ ਜਹਾਜ਼ੇ ਚੜ ਕੇ ਚੱਲ ਗਏ ਸੀਗੇ ਓਏ ਹਾਏ ਕਰਦੇ ਵੀ ਤੇ ਕਹਿੰਦੇ ਨੇ ਮਰ ਜਾਓ ਬਾਕੀ ਸਾਰੇ ਤੁਰ ਗਏ ਨੇ ਤੁਸੀਂ ਵੀ ਜਾਓ ਤੇ ਮੈਨੂੰ ਕੋਈ ਛੱਡ ਗਏ ਇੱਥੇ ਆ ਨਹੀਂ ਤੁਹਾਨੂੰ ਤੇ ਤੁਸੀਂ ਵੀ ਆਈ ਜਾਣਾ ਤੁਸੀਂ ਤੇ ਆਪ ਚ ਟੀਵੀ ਚ ਇੱਥੇ ਆ ਗਏ ਤੇ ਉਹਨ ਨਹੀਂ ਆ ਸਕਦੇ ਤੁਹਾਡੇ ਮੂੰਹ ਚ ਕਿਉਂ ਸ਼ੱਕਰ ਮੈਂ ਤਾਂ ਕਹਿੰਨੀ ਵੀ ਮੈਂ ਕੱਲ ਦੀ ਜਾਂਦੀ ਅੱਜ ਹੀ ਚੜ ਜਾ ਅੱਛਾ ਨਹੀਂ ਪਰਮਾਤਮਾ ਕਰੇ ਤੁਸੀਂ ਛੇਤੀ ਇੱਥੇ ਆ ਜਾਓ
ਆਹੋ ਇਹ ਤਾਂ ਗੱਲ ਤੁਹਾਡੀ ਠੀਕ ਆ, ਪਰਮਾਤਮਾ ਸੁਣ ਰਿਹਾ ਹੋਣਾ ਤੁਹਾਡੀ ਗੱਲ। ਨਹੀਂ ਗੱਲ ਝੂਠ ਤੇ ਚੱਲਦੀ ਵੀ, ਝੂਠ ਤੁਸੀਂ ਇਹ ਨਹੀਂ ਬੋਲਦੇ। ਮੈਂ ਕਦੇ ਵੀ ਨਹੀਂ, ਕਦੇ ਵੀ ਨਹੀਂ, ਕਦੇ ਨਹੀਂ ਬੋਲਿਆ ਨਾ। ਜੇ ਮੈਂ ਤੁਹਾਡਾ ਸ਼ੋਅ ਵੇਖਿਆ ਇਹ ਜਿਹੜਾ 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 ਬੱਚਿਆਂ ਦਾ ਸ਼ੋਅ, ਬੱਚਿਆਂ ਦਾ ਸ਼ੋਅ ਹੈਗਾ, ਉਹਨੂੰ ਕਿਸਮਤ ਨੂੰ ਦੇਖਿਆ। ਹਾਂਜੀ ਹਾਂਜੀ, ਝੂਠ ਬੋਲਿਆ ਉਹ ਨਿੱਕਾ ਮੋਟਾ ਤਾਂ ਬੋਲਣਾ ਪੈਂਦਾ। ਅੱਛਾ ਸਭ ਫੜੇ ਜਾਣਗੇ ਹੈ। ਤੁਸੀਂ ਤੁਸੀਂ ਤਾਂ ਬੋਲਦੇ ਨਹੀਂ ਹੋਣੇ, ਕਹਿ ਦੋ। ਨਹੀਂ ਅਸੀਂ ਬੋਲਨੇ ਆ, ਬੋਲਿਆ ਜਾਂਦਾ ਹੈ, ਕਿ ਤੋ ਜੇ ਤੁਸੀਂ ਬੋਲ ਸਕਦੇ ਹੈ। ਮਾੜਾ ਮੋਟਾ ਤਾਂ ਬੋਲਣਾ ਪੈਂਦਾ ਹਨਾ। ਹਾਂਜੀ ਹਾਂਜੀ। ਕੋਈ ਬਹੁਤ ਵੱਡਾ ਝੂਠ ਤੇ ਨਹੀਂ ਬੋਲਿਆ ਕਦੀ? ਨਹੀਂ ਜੀ, ਬਹੁਤ ਵੱਡਾ ਨਹੀਂ ਝੂਠ ਕਦੀ। ਫੇ ਠੀਕ ਆ, ਫੇ ਮਾਫ ਆ। ਝੂਠ ਤਾਂ ਨਾ, ਝੂਠ ਤਾਂ ਝੂਠ ਤਾਂ ਝੂਠ ਹੀ ਗਲਾ ਬੋਲ ਕੇ ਛੋਟਾ ਹੋ ਜਾਂਦਾ। ਠੀਕ ਹੈ ਠੀਕ ਹੈ ਜੀ, ਮੰਨ ਲੈਣੇ ਤੁਹਾਡੀ ਗੱਲ। ਹਾਂਜੀ ਥੈਂਕ ਯੂ ਸੋ ਮਚ ਜੀ ਫੋਨ। ਹਾਂਜੀ ਸਵਾਗਤ ਹੈ ਜੀ। ਮੈਂ ਬ੍ਰੇਕ ਤੋਂ ਪਹਿਲਾਂ ਪੁੱਛ ਰਹੀ ਸੀਗੀ ਵੀ ਕਿੰਨੇ ਕਿੰਨੇ ਝੂਠ ਬੋਲੇ ਨੇ ਤੇ ਕਦੋਂ ਕਦੋਂ ਬੋਲੇ ਨੇ। ਸਾਰਿਆਂ ਨੇ ਦੱਸਿਆ ਵੀ ਝੂਠ ਤਾਂ ਵੇਖੋ ਜੀ ਹਰ ਬੰਦਾ ਬੋਲਦਾ। ਗੱਲ ਵੀ ਤੁਹਾਡੀ ਸਹੀ ਆ ਵੀ ਹਰ ਬੰਦੇ ਨੂੰ ਝੂਠ ਤਾਂ ਬੋਲਣਾ ਹੀ ਪੈਂਦਾ ਹੈ। ਇੱਕ ਝੂਠ ਨਾ ਦੂਜਾ ਝੂਠ, ਦੂਜਾ ਝੂਠ ਨਾ ਤੀਜਾ ਝੂਠ, ਬੋਲਣਾ ਪੈਂਦਾ। ਪਰ ਕਹਿੰਦੇ ਜੇ ਝੂਠ ਬੋਲਣ ਤੋਂ ਬਾਅਦ ਦੱਸ ਦਿਉ ਨਾ ਵੀ ਮੈਂ ਇੱਦਾਂ ਦਾ ਝੂਠ ਬੋਲਿਆ ਸੀ, ਇਹ ਝੂਠ ਬੋਲਿਆ ਸੀਗਾ, ਤਾਂ ਉਹ ਝੂਠ ਮਾਫ ਹੋ ਜਾਂਦਾ। ਤਾਂ ਅੱਜ ਗੁਲਾਬੋ ਕਹਿੰਦੀ ਵੀ ਜੇ ਤੁਸੀਂ ਕਿਸੇ ਝੂਠ ਦਾ ਖੁਲਾਸਾ ਕਰਨਾ ਆ ਵੀ ਤੁਸੀਂ ਇਹ ਵਾਲਾ ਝੂਠ ਬੋਲਿਆ ਸੀਗਾ ਅਤੇ ਆਪਣੇ ਪਾਪ ਨੂੰ ਧੁਲਾਉਣਾ ਆ ਤਾਂ ਦੱਸ ਦਿਉ, ਨਾਲੇ ਮੈਨੂੰ ਵੀ ਤੁਹਾਡੇ ਝੂਠ ਦਾ ਪਤਾ ਲੱਗ ਜੂਗਾ ਵੀ ਤੁਸੀਂ ਕਦੋਂ ਕਿਹੜਾ ਝੂਠ ਬੋਲਿਆ ਸੀਗਾ, ਹੈ ਕਿ ਨਹੀਂ। ਅੱਛਾ ਕਹਿੰਦੇ ਵੀ ਕੈਟਾਗਰੀਜ਼ ਹੁੰਦੀਆਂ, ਮੈਨੂੰ ਸਾਰੇ ਕਾਲਜ ਕਹਿੰਦੇ ਵੀ ਨਾ ਕੈਟਾਗਰੀ ਵੀ ਹੁੰਦੀ ਆ ਵੀ ਆਹ ਵਾਲਾ ਝੂਠ ਰੱਬ ਕਹਿੰਦਾ ਜਾਣ ਦਿਉ, ਆਹ ਮਾਫ਼ ਆ, ਇਹ ਐਕਸਕਲੂਜਨ 'ਚ ਆ ਗਿਆ, ਇਹ ਵਾਲਾ ਝੂਠ ਤਾਂ ਜੀ ਮੈਂ ਮਾਫ਼ ਕਰ ਹੀ ਨਹੀਂ ਸਕਦਾ ਤੁਹਾਡਾ। ਇੱਦਾਂ ਦੀ ਵੀ ਗੱਲ ਹੁੰਦੀ ਆ। ਹੁਣ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਕੱਲ੍ਹ ਨਿੱਕਾ ਮੋਟਾ ਝੂਠ ਬੋਲਿਆ, ਉਹ ਕਹਿੰਦੇ ਉਹ ਤਾਂ ਕੋਈ ਗੱਲ ਨਹੀਂ ਜੀ, ਉਹ ਚੱਲਦਾ ਆ। ਨਾਲੇ ਕਿਸੇ ਨੂੰ ਬਚਾਉਣ ਵਾਸਤੇ ਜਿਹੜਾ ਝੂਠ ਬੋਲਿਆ ਹੋਇਆ ਨਾ ਉਹ ਵੀ ਮਾਫ਼ ਹੋ ਜਾਂਦਾ ਹੈ, ਕਿਸੇ ਦੀ ਜਾਨ ਬਚਾਉਣ ਦੇ ਲਈ ਜਾਂ ਕਿਸੇ ਨੂੰ ਝਿੜਕਾਂ ਤੋਂ ਬਚਾਉਣ ਦੇ ਲਈ ਜੇ ਝੂਠ ਬੋਲੋ ਉਹ ਵੀ ਚੱਲਦਾ ਆ, ਉਹਨਾਂ ਕੋ ਵੀ ਮਾਫ਼ ਆ। ਪਰ ਜੇ ਤੁਸੀਂ ਕਹੋ ਵੀ ਰੱਬ ਨੂੰ ਹੀ ਥੱਲੇ ਲਾ ਲਓ, ਉਹ ਨਹੀਂ ਚੱਲਣਾ। ਹੈਲੋ, ਹੈਲੋ, ਆ ਕਿੰਨੀਆਂ ਕੁ ਵਾਜਾਂ ਆਈ ਜਾਂਦੀਆਂ, ਟੀਵੀ ਦੀ ਆਵਾਜ਼ ਕੱਟ ਕਰੋ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੌਣ, ਨਾਂ ਕੀ ਤੁਹਾਡਾ? ਨੀਤ। ਓਕੇ, ਕਿੱਥੋਂ ਬੋਲਦੇ? ਛੋਟਾ ਜਿਹਾ ਬੱਚਾ। ਮੇਰਾ ਨਾਮ ਹੈ ਨੀਤ। ਓਕੇ, ਕਿੱਥੋਂ ਬੋਲਦੇ? ਨੀਤ। ਮੀਤ ਕਿੱਥੋਂ ਬੋਲਦੇ ਤੁਸੀਂ? ਹਾਂਜੀ, ਕਿੱਥੋਂ ਬੋਲਦੇ? ਕਨੈਟਿਕਟ ਤੋਂ। ਹਾਂਜੀ, ਕਨੈਟਿਕਟ ਤੋਂ। ਓਕੇ, ਕੀ ਕਹਿਣਾ ਚਾਹੋਗੇ? ਸਾਹ ਲੈ ਲਓ। ਹੈਲੋ, ਹਾਂਜੀ, ਦੇਖੋ ਛੋਟਾ ਜਿਹਾ ਬੱਚਾ ਸੀਗਾ, ਮੇਰੇ ਨਾਲ ਗੱਲ ਕਰਨਾ ਚਾਹੁੰਦਾ ਸੀਗਾ, ਪਰ ਉਹਦੇ ਮੰਮੀ ਪਾਪਾ ਨੇ ਨਾ ਟੀਵੀ ਦੀ ਆਵਾਜ਼ ਨਹੀਂ ਕੱਟ ਕੀਤੀ, ਤੇ ਇਦਾਂ ਹੀ ਹੁੰਦਾ ਜੇ ਟੀਵੀ ਦੀ ਆਵਾਜ਼ ਨਾ ਕੱਟ ਕਰੋ ਤੇ ਸਾਡੇ ਜਿਹੜੇ ਚੈਨਲ ਵਾਲੇ ਨੇ ਨਾ ਫੋਨ ਹੀ ਕੱਟ ਕਰ ਦਿੰਦੇ ਨੇ। ਆਹ ਕੋਈ ਗੱਲ ਹੋਈ ਭਲਾ? ਅਗਲਾ ਬੱਚਾ ਨਿੱਕਾ ਜਿਹਾ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਸੀਗਾ, ਕੀ ਪਤਾ ਉਹਨੇ ਮੇਰੀ ਤਾਰੀਫ ਹੀ ਕਰਨੀ ਹੋਏ, ਮੈਂ ਤਾਂ ਰਹਿ ਗਈ ਨਾ ਉਹਦੀ ਓ। ਅੱਛਾ ਕਿਸੇ ਨੇ ਮੈਨੂੰ ਦੱਸਿਆ ਵੀ ਮੇਰੇ ਬਾਲ ਨਕਲੀ ਲੱਗਦੇ ਆ, ਮੈਂ ਝੂਠ ਬੋਲਦੀ ਹਾਂ। ਹੈ ਗੱਲ ਹੈ, ਕੋਈ ਗੱਲ ਨਹੀਂ ਜੀ, ਕਿਸੇ ਦਿਨ ਨਾ ਤੁਹਾਨੂੰ ਸੱਚੀ ਸੱਚੀ ਦੱਸ ਦਾਂਗੇ। ਨਹੀਂ ਜੀ, ਮੇਰੇ ਸੱਚੀ ਬਾਲ ਇੰਨੇ ਕੁ ਨੇ ਅਤੇ ਮੈਂ ਝੂਠ ਝਾਟ ਬੋਲਦੀ ਨਹੀਂ ਹੈਗੀ। ਗੁਲਾਬ ਨੂੰ ਵੈਸੇ ਵੀ ਨਾ ਰੱਬ ਨੇ ਕਿਹਾ ਹੋਇਆ ਵੀ ਜਾਓ ਅਤੇ ਝੂਠ ਬੁਲਵਾਓ ਸਾਰਿਆਂ ਕੋਲੋਂ, ਆਪਣਾ ਬੋਲੋ। ਮੇਰੇ ਕਰਕੇ ਪਤਾ ਕਈਆਂ ਨੇ ਝੂਠ ਬੋਲੇ ਹੋਣਗੇ, ਤੁਹਾਡੇ ਕਰਕੇ ਵੀ ਕਈਆਂ ਨੇ ਬੋਲੇ ਹੋਣਗੇ। ਅੱਛਾ ਤੁਸੀਂ ਕਿਸੇ ਦਾ ਝੂਠ ਫੜਿਆ ਅੱਜ ਤੱਕ? ਕਈ ਵਾਰ ਹੁੰਦਾ ਸਾਹਮਣਾ ਬੰਦਾ ਨਾ ਝੂਠ ਬੋਲ ਰਿਹਾ ਹੁੰਦਾ, ਸਾਨੂੰ ਪਤਾ ਵੀ ਹੁੰਦਾ ਉਹ ਝੂਠ ਬੋਲ ਰਿਹਾ, ਪਰ ਤਾਂ ਵੀ ਆਪਾਂ ਚੁੱਪ ਰਹਿੰਦੇ ਹਾਂ ਵੀ ਕਾਕਾ ਬੋਲ ਲੈ, ਇੱਕੋ ਵਾਰੀ ਤੈਨੂੰ ਦੱਸਦੇ ਹਾਂ ਵੀ ਤੂੰ ਕਿੰਨਾ ਕੁ ਝੂਠ ਬੋਲ ਲਿਆ। ਕਈ ਵਾਰ ਨਾ ਆਪਾਂ ਨੂੰ ਅਹਿਸਾਸ ਵੀ ਨਹੀਂ ਦਿਵਾਉਂਦੇ ਵੀ ਤੂੰ ਝੂਠ ਬੋਲ ਰਿਹਾ ਆ, ਪਰ ਉਹ ਬੋਲੀ ਜਾਂਦਾ ਆ। ਇੱਦਾਂ ਵੀ ਤੁਹਾਡਾ ਹੋਇਆ ਹੋਣਾ ਕਦੀ, ਜਾਂ ਫਿਰ ਤੁਸੀਂ ਆਪਸ 'ਚ ਭੈਣ ਭਰਾ ਨੂੰ ਬਚਾਉਣ ਵਾਸਤੇ ਜਾਂ ਮੰਮੀ ਪਾਪਾ ਨੂੰ ਝੂਠ ਬੋਲਤਾ ਹੋਣਾ ਆ। ਅੱਛਾ ਵਪਾਰੀ ਬੰਦਾ ਮੈਂ ਵੇਖਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨਾ ਹੀ ਝੂਠ ਬੋਲ ਜਾਂਦਾ ਆ। ਆ ਮੈਡਮ ਦੱਸੋ, ਤੁਹਾਨੂੰ ਵੱਧ ਲਾਉਣਾ ਆ ਕਿਤੇ, ਇਹਦਾ ਰੇਟ ਤੁਹਾਨੂੰ ਵੱਧ ਲਾਉਣਾ ਆ, ਉਹ ਤੁਹਾਨੂੰ ਦੱਸ ਰਿਹਾ ਹੁੰਦਾ ਵੀ ਮੈਡਮ ਇਹਦਾ ਰੇਟ ਤੁਹਾਨੂੰ ਹੀ ਵੱਧ ਲਾਉਣਾ ਆ ਮੈਂ,
ਹੈ ਕਿ ਨਹੀਂ? ਸੂਟ ਖਰੀਦਣ ਜਾਂਦੇ ਤਾਂ ਐਂ ਹੀ ਹੁੰਦਾ ਆ, ਕੋਈ ਮਹਿੰਗੇ ਮੁੰਗੇ ਸੂਟ ਤੁਸੀਂ ਜਿਹੜੇ ਲੈ ਕੇ ਆਉਂਦੇ ਨਾ, ਉਹ ਸਭ ਝੂਠ ਬੋਲ ਰਹੇ ਹੁੰਦੇ ਵਪਾਰੀ। ਮੈਨੂੰ ਵੇਖ ਲਓ, ਮੈਨੂੰ ਤਾਂ ਸਭ ਪਤਾ ਲੱਗ ਜਾਂਦਾ ਕਿਹੜਾ ਬੰਦਾ ਝੂਠ ਬੋਲ ਰਿਹਾ ਹੁੰਦਾ, ਸ਼ਕਲੋਂ ਪਹਿਚਾਣ ਲੈਂਦੀ ਮੈਂ ਬੰਦੇ ਨੂੰ। ਹੈਲੋ, ਹੁਣ ਤਾਂ ਗੱਲ ਕਰ ਲਓ। ਹੈਲੋ, ਹਾਂਜੀ ਅਗੇਨ। ਹੈਲੋ, ਹਾਂਜੀ ਮੀਤ ਜੀ। ਹੈਲੋ, ਕੀ ਗੱਲ? ਹਾਏ ਰੱਬਾ। ਹੈਲੋ ਆਂਟੀ, ਨੂੰ ਤੁਹਾਡਾ ਸੂਟ ਬਹੁਤ ਅੱਛਾ ਲੱਗਦਾ। ਆਂਟੀ, ਆਂਟੀ ਕਿਹਨੂੰ ਗਿਆ? ਇੱਕ ਮਿੰਟ ਠਹਿਰ, ਤੂੰ ਜਿਹੜਾ ਆਂਟੀ ਕਿਹਨੂੰ ਗਿਆ? ਹੈ ਆਂਟੀ ਕਿਹਨੂੰ ਕਹਿਤਾ? ਮੈਨੂੰ ਰਾਤੀ ਨੀਂਦ ਨਹੀਂ ਆਣੀ। ਮੈਂ ਕੱਟੀ, ਆਹ ਦੇਖੋ ਕਮਾਲ ਹੋ ਗਈ ਯਾਰ, ਮੈਂ ਨੀ ਗੱਲ ਕਰਨੀ ਇਹਨਾਂ ਨਾਲ, ਜਾਓ ਰਹਿਣ ਦੋ ਤੁਸੀਂ। ਆਂਟੀ ਕਹਿਤਾ, ਮੈਨੂੰ ਤਾਂ ਪੰਗਾ ਪਾ ਦਿੱਤਾ ਨਾ, ਮੇਰਾ ਮੇਕਅਪ ਸਾਰਾ ਇੰਨਾ ਘੰਟੇ ਲਾ ਕੇ ਮੈਂ ਮੇਕਅਪ ਕਰਾਇਆ, ਮੈਂ ਵਾਲ ਬਣਾਏ, ਅਗਲੇ ਨੇ ਮੈਨੂੰ ਆਂਟੀ ਕਹਿਤਾ। ਅਗਲੇ ਕਾਲਰ ਨਾਲ ਗੱਲ ਕਰਨੀ, ਮੈਂ ਤਾਂ ਇਹਨਾਂ ਨਾਲ ਗੱਲ ਹੀ ਨਹੀਂ ਕਰਦੀ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਵਧੀਆ। ਕਾਫੀ ਅਨਹੈਪੀ ਲੱਗ ਰਹੇ ਹੋ। ਅਨਹੈਪੀ? ਹਾਂ, ਮੈਨੂੰ ਨਾ ਹੁਣ ਕਿਸੇ ਨੇ ਨਾ ਆਂਟੀ ਕਹਿਤਾ, ਮੈਂ ਤਾਂ ਕਰਕੇ ਅਨਹੈਪੀ ਹੋ ਗਈ। ਤੁਹਾਡਾ ਪ੍ਰੋਗਰਾਮ ਬੜਾ ਚੰਗਾ ਹੈ। ਹਾਂਜੀ, ਯੂ ਆਰ ਆਲਵੇਸ ਸਮਾਈਲਿੰਗ। ਆਈ ਐਮ ਆਲਵੇਸ ਸਮਾਈਲਿੰਗ। ਪਰ ਟੌਪਿਕ ਤੁਹਾਡਾ ਚੰਗਾ ਹੈ ਕਿ ਸੱਚ ਬੋਲਣਾ ਚਾਹੀਦਾ ਹੈਗਾ। ਕਿਉਂਕਿ ਜਿਹੜੇ ਝੂਠ ਬੋਲਦੇ ਹੋ, ਪਰਮਾਤਮਾ ਦੀ ਹਾਜ਼ਰ ਨਾਜ਼ਰੀ ਨੂੰ ਨਹੀਂ ਸਮਝਦੇ ਜੀ। ਅਟਲ ਸੱਚਾਈ ਹੈ। ਹਾਂਜੀ, ਜਿਹੜਾ ਬੋਲ ਰਿਹਾ ਉਹਨੂੰ ਵੀ ਪਤਾ ਹੁੰਦਾ ਮੈਂ ਝੂਠ ਬੋਲ ਰਿਹਾ। ਜਿਹੜਾ ਸੁਣ ਰਿਹਾ ਉਹਨੂੰ ਵੀ ਪਤਾ ਹੈ ਕਿਉਂ ਸਟ੍ਰੈਸ ਲੈਣਾ ਜੀ। ਮਤਲਬ ਤੁਸੀਂ ਕਹਿ ਰਹੇ ਹੋ ਵੀ ਬੋਲਣਾ ਤਾਂ ਨਹੀਂ ਚਾਹੀਦਾ, ਦੇਖੋ ਓਬਵੀਅਸਲੀ ਪਤਾ ਹੁੰਦਾ ਹੈ, ਦੂਸਰਾ ਸਾਹਮਣੇ ਬੰਦਾ ਵੀ ਸ਼ੁਦਾਈ ਨਹੀਂ ਹੁੰਦਾ, ਉਹਨੂੰ ਵੀ ਪਤਾ ਹੁੰਦਾ ਵੀ ਆਹ ਬੰਦਾ ਝੂਠ ਬੋਲ ਰਿਹਾ। ਆਪਸ 'ਚ ਤਾਂ ਸਾਨੂੰ ਪਤਾ ਹੀ ਹੁੰਦਾ ਵੀ ਆਪਾਂ ਦਿਲੋਂ, ਹੈ ਨਾ, ਸਾਡੇ ਦਿਲ ਨੂੰ ਪਤਾ ਹੁੰਦਾ ਵੀ ਆਪਾਂ ਝੂਠ ਬੋਲ ਰਹੇ ਹਾਂ, ਪਰ ਕਈ ਵਾਰ ਕਹਿੰਦੇ ਲੋੜ ਪੈ ਜਾਂਦੀ ਝੂਠ ਬੋਲਣ ਦੀ। ਫਿਰ ਤਾਂ ਦਿਲ ਦੁਖੀ ਕਾਫੀ ਹੁੰਦਾ, ਪਰ ਕੁਛ ਉਹਦਾ ਚਾਰਾ ਨਹੀਂ ਹੈ। ਹਾਂਜੀ, ਕਿਉਂਕਿ ਸੱਚਾਈ ਬੋਲਣ ਦੇ ਨਾਲ ਦਿਲ ਫਿਰ ਦੁਖੀ ਨਹੀਂ ਹੁੰਦਾ ਜੀ। ਬਿਲਕੁਲ, ਜਦੋਂ ਕਿਸੇ ਨੂੰ ਤੁਸੀਂ ਆਪਣੇ ਅੰਦਰ ਸੋਚਦੇ ਕਿ ਵੀ ਮੈਨੂੰ ਪਤਾ ਹੈ, ਇਹਨੂੰ ਵੀ ਪਤਾ ਹੈਗਾ, ਤੇ ਫਿਰ ਸਟ੍ਰੈਸ ਕਰ ਲਈ ਲੈਣਾ, ਸੱਚ ਹੀ ਬੋਲੋ ਜੀ। ਜੀ ਜੀ, ਆਹੀ ਤਾਂ ਗੱਲ ਹੈ, ਪਰ ਨਹੀਂ ਬੋਲਿਆ ਜਾਂਦਾ ਨਾ, ਇੰਨੀ ਹਿੰਮਤ ਚਾਹੀਦੀ। ਕਹਿੰਦੇ ਸੱਚ ਬੋਲਣ ਵਾਸਤੇ ਨਾ ਗਟਸ ਚਾਹੀਦੇ ਨੇ, ਉਹ ਨਹੀਂ ਹੈਗੇ ਕਿਸੇ 'ਚ। ਬਿਲਕੁਲ, ਕੋਈ ਕਹਿ ਦੇ ਕਿ ਮੇਰੇ ਤੋਂ ਗਲਤੀ ਹੋ ਗਈ ਹੈ, ਗੱਲ ਮੁੱਕ ਗਈ, ਤੇ ਦੂਸਰਾ ਕੋਈ ਸਜ਼ਾ ਦੇਗਾ, ਕਿਉਂ ਗਲਤੀ ਤਾਂ ਹਰ ਕੋਲ ਹੋ ਜਾਂਦੀ। ਬਿਲਕੁਲ ਠੀਕ ਹੈ ਨਾ। ਪਤਾ ਇੱਕ ਪ੍ਰੋਬਲਮ ਹੁੰਦੀ ਹੈ, ਆਦਤ ਵੀ ਪੈ ਜਾਂਦੀ ਹੈ ਜਦੋਂ ਆਪਾਂ ਕੰਸਟੈਂਟਲੀ ਫ੍ਰੀਕੁਐਂਟਲੀ ਆਪਾਂ ਝੂਠ ਬੋਲਣੇ ਸ਼ੁਰੂ ਕਰਦੇ ਆ ਨਾ, ਫਿਰ ਸਾਨੂੰ ਨਾ ਬਹੁਤ ਉਹ ਚੀਜ਼ ਸਾਡੇ ਲਈ ਕਾਮਨ ਹੋ ਜਾਂਦੀ, ਫਿਰ ਸਾਨੂੰ ਫਰਕ ਨਹੀਂ ਪੈਂਦਾ। ਇਹ ਵੀ ਗੱਲ ਹੁੰਦੀ ਹੈ ਜਿਹਨੇ ਕਦੀ ਨਹੀਂ, ਫਰਕ ਤਾਂ ਪੈਂਦਾ ਹੈਗਾ। ਹਾਂਜੀ, ਤਾਂ ਪੈਂਦਾ ਹੈ, ਪਰ ਉਹ ਜਿਹੜੇ ਬੋਲਦੇ ਆ ਨਾ ਉਹ ਫੀਲ ਕਰਦੇ ਕਿ ਉਹਨਾਂ ਨੂੰ ਫਰਕ ਨਹੀਂ ਪੈਂਦਾ, ਪਰ ਪੈਂਦਾ ਹੈ। ਦਿਲ ਨੂੰ ਪਤਾ ਹੁੰਦਾ ਵੀ ਮੈਂ ਝੂਠ ਬੋਲ ਰਿਹਾ ਆ, ਸ਼ੀਸ਼ੇ ਅੱਗੇ ਤਾਂ ਪਤਾ ਹੈ ਨਾ ਵੀ ਮੈਂ ਝੂਠ ਬੋਲ ਰਿਹਾ ਆ। ਬਿਲਕੁਲ ਬਿਲਕੁਲ, ਤੁਹਾਡੀ ਗੱਲ, ਪ੍ਰੋਗਰਾਮ ਬੜਾ ਚੰਗਾ ਹੈ। ਸਰ, ਇਦਾਂ ਹੀ ਆਪਾਂ ਰੋਜ਼ ਨਵੇਂ ਟੌਪਿਕ ਲੈ ਕੇ ਆਈਦੇ ਨੇ, ਵੀ ਤੁਸੀਂ ਆਪਣੇ ਜਿਹੜੇ ਵਿਊਜ਼ ਨੇ ਉਹ ਸਾਨੂੰ ਦਿਓ। ਬਿਲਕੁਲ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੂੰ ਪੁੱਛਦੇ ਹੋ ਕੀ ਕਹਿਣਾ ਚਾਹੁੰਦੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਲਾਬੋ, ਕੀ ਹਾਲ ਹੈ? ਵਧੀਆ, ਤੁਸੀਂ ਸੁਣਾਓ? ਬਸ ਵਧੀਆ। ਬਸ ਵਧੀਆ ਕਿ ਤੁਸੀਂ ਵਧੀਆ? ਨਹੀਂ, ਤੁਸੀਂ ਵਧੀਆ ਹੋ, ਸਾਰੇ ਹੀ ਵਧੀਆ ਨੇ ਜੀ। ਹਾਂਜੀ। ਅੱਛਾ, ਤੁਸੀਂ ਆਪਣਾ ਨਾਂ ਨਹੀਂ ਦੱਸਿਆ। ਬਾਬੂ ਸਿੰਘ ਬੋਲਦਾ ਤਾਂ ਰੋਜ਼, ਤੇ ਤੁਹਾਡੇ ਨਾਲ ਗੱਲ ਹੁੰਦੀ ਰੋਜ਼ ਮੇਰੇ ਨਾਲ ਹੁੰਦੀ ਆ ਨਾ, ਸਾਰਿਆਂ ਨੂੰ ਦੱਸਣਾ ਚਾਹੀਦਾ ਆ ਵੀ ਤੁਸੀਂ ਕੌਣ ਬੋਲ ਰਹੇ ਹੋ, ਜਿਹੜੇ ਜਿਹੜੇ ਤੁਹਾਨੂੰ ਸੁਣ ਰਹੇ ਹੋਣਗੇ, ਹੈ ਨਾ, ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਨਾ ਵੀ, ਤਾਂ ਪੁੱਛਦੀ ਆ ਮੈਂ। ਮੈਂ ਤਾਂ ਤੁਹਾਨੂੰ ਮਸ਼ਹੂਰ ਕਰ ਰਹੀ ਆ, ਫੇਮਸ ਕਰ ਰਹੀ ਆ ਮੇਰੇ ਸ਼ੋਅ ਦੇ ਰਾਹੀਂ। ਹਾਂਜੀ ਹਾਂਜੀ। ਅੱਛਾ, ਮੈਨੂੰ ਦੱਸੋ ਵੀ ਝੂਠ ਤਾਂ ਤੁਸੀਂ ਬੋਲਦੇ ਨਹੀਂ ਹੋਣੇ, ਮੈਨੂੰ ਤੁਹਾਡੀ ਆਵਾਜ਼ ਤੋਂ ਲੱਗ ਰਿਹਾ। ਮੈਂ ਕਿਹਾ ਝੂਠ ਉਦੋਂ ਬੋਲੀਦਾ ਜਦੋਂ ਕਿਸੇ ਨੇ ਕਿਰਪਾਨ ਸਿਰ ਤੇ ਰੱਖੀ ਹੋਵੇ। ਬਿਲਕੁਲ ਸਹੀ ਗੱਲ ਹੈ, ਸੂਲੀ ਤੇ ਲਟਕਿਆ ਹੋਇਆ ਬੰਦਾ ਕਿਥੋਂ ਮੈਂ ਬਚ ਨਹੀਂ ਸਕਦਾ, ਬਾਅਦ ਵਿੱਚ ਝੂਠ ਕੀ ਬੋਲਦਾ? ਮਤਲਬ ਜਦੋਂ ਅੰਤ ਹੋ ਜਾਏ, ਜਦੋਂ ਬੰਦਾ ਸੋਚੇ ਵੀ ਕੋਈ ਹੱਲ ਨਹੀਂ, ਉਦੋਂ ਝੂਠ ਬੋਲ ਲੈਣਾ ਚਾਹੀਦਾ। ਉਦੋਂ ਝੂਠ ਬੋਲਣਾ ਚਾਹੀਦਾ। ਵੈਸੇ ਨਹੀਂ, ਵੈਸੇ ਨਹੀਂ, ਤੁਹਾਡੀ ਗੱਲ ਬਿਲਕੁਲ ਠੀਕ ਆ। ਹਾਂਜੀ, ਤੁਸੀਂ ਬੋਲਦੇ ਹੋ?
ਉਹ ਤਾਂ ਮਾੜਾ ਮੋਟਾ ਤੇ ਬੋਲੀ ਦਾ ਆ ਮਾੜਾ ਮੋਟਾ ਹੀ ਵੱਧਦਾ ਵੱਧਦਾ ਮੋਟਾ ਬਣ ਜਾਂਦਾ ਆ ਹਾਂਜੀ ਹੈਨਾ ਤੇ ਮੈਂ ਕਿਹਾ ਤੁਸੀਂ ਨਰਸ ਦਾ ਵੀ ਕੰਮ ਕਰਦੇ ਹੋ ਤੁਸੀਂ ਮੈਂ ਬਹੁਤ ਖੁਸ਼ ਹਾਂ ਜੀ ਮੈਂ ਨਰਸ ਹਾਂ ਮੈਂ ਫੌਜੀ ਹਾਂ ਮੈਂ ਤੀਆਂ ਦਾ ਤਿਉਹਾਰ ਵੀ ਮਨਾਉਂਦੀ ਮੈਂ ਭੰਗੜਾ ਵੀ ਪਾਉਂਦੀ ਹਾਂ ਫਿਰ ਮੈਂ ਮੈਨੂੰ ਮੈਂ ਦੇਖਿਆ ਹੈ ਨਾ ਅਸੀਂ ਦੇਖਦੇ ਹਾਂ ਪੀਟੀਸੀ ਚੈਨਲ ਤੇ ਤੁਸੀਂ ਮੈਂ ਮੈਨੂੰ ਦੇਖਿਆ ਮੈਂ ਸਾਰੇ ਚੈਨਲ 'ਚ ਜਾ ਕੇ ਐਕਟਿੰਗ ਕਰਨੀ ਹੈ ਵੀ ਮੈਂ ਸੱਚੀ ਐਕਟਿੰਗ ਕਰਨੀ ਝੂਠੀ ਨਹੀਂ ਕਰਨੀ ਮੈਂ ਅੱਛਾ ਮੈਨੂੰ ਸਾਰੇ ਕਾਲਰਸ ਦੇ ਵਿਊ ਪਤਾ ਲੱਗ ਗਏ ਅਤੇ ਮੁੱਕਦੀ ਗੱਲ ਇਹੀ ਹੈ ਵੀ ਝੂਠ ਬੋਲੋ ਪਰ ਹਿਸਾਬ ਦਾ ਨਾਲੇ ਲਿਮਿਟ ਦਾ ਨਾਲੇ ਕਿਸੇ ਨੂੰ ਬਚਾਉਣ ਲਈ ਝੂਠ ਬੋਲੋ ਤਾਂ ਉਹ ਝੂਠ ਨਹੀਂ ਹੁੰਦਾ ਪਰ ਹਿਸਾਬ ਦਾ ਬੋਲਣਾ ਚਾਹੀਦਾ ਆ ਕੋਈ ਗੱਲ ਨਹੀਂ ਜੀ ਝੂਠ ਬੋਲਣ ਦੀ ਲੋੜ ਤਾਂ ਆਪਣੇ ਆਪਣੇ ਵਪਾਰ ਦੇ ਵਿੱਚ ਆਪਣੇ ਆਪਣੇ ਬਿਜ਼ਨਸ ਦੇ ਵਿੱਚ ਕਿਤੇ ਨਾ ਕਿਤੇ ਲੋੜ ਪੈ ਜਾਂਦੀ ਛੋਟੇ ਹੋਣ ਭਾਵੇਂ ਵੱਡੇ ਪਰ ਧਿਆਨ ਰੱਖਣਾ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਆਪਾਂ ਠੀਕ ਹੈ ਜੀ ਅੱਜ ਲਈ ਦੋ ਇਜਾਜ਼ਤ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਨਵੇਂ ਟੌਪਿਕ ਅਤੇ ਨਵੇਂ ਡਿਸਕਸ਼ਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ